वारस पंजाब जथेबंदी दे मुखी अमृतपाल सिंह दी पुलिस 18 मार्च तो लगातार भाल कर रही सी, लगातार पुलिस छापेमारी कर रही सी, पर अज जानी के दिन ऐतवार नू अमृतपाल नू जिला मोगे दे पिंड रोडे तो पुलिस ने हिरासत विच लै लिया। ये दावा पुलिस दे आला अधिकारियों ने किया है, पर दूजे पासे ये गल्लां भी सामने आ रही ने कि अमृतपाल ने आप सरेंडर किया है, जिस तों बाद अमृतपाल दे पिता बलविंदर सिंह कैमरे सामने आए अते उन्होंने मीडिया नाल गलबात करते हुए वड्डे खुलासे किए ने। सुनो उन्होंने अमृतपाल की गिरफ्तारी नूं लैके की कहा। आज ही गिरफ्तारी हुई है या सरेंडर किया गया? थले करो भाई। नहीं उन्होंने सरेंडर किया आप खुद, पर पुलिस ने गिरफ्तारी की गल आखरी है। उस कुछ भी आया सामने किया, उन्होंने वीडियो भी उन्होंने सामने आई है। उन्होंने नहा धो के स्नान करके पांच बाणियां का जाप करके फिर उन्होंने सरेंडर किया, अपना सारा कुछ तैयार करके चोले लेके सारा कुछ सिक्खी स्वरूप च उन्होंने सरेंडर किया। लगातार दुविधा बनी हुई थी 35 दिनों तो उन्होंने पुलिस ने कहा सी भकोड़ा है जी फड़े नहीं जा रहे थे, आज जिहड़ा कि हुण सरेंडर होया जां फड़े गए ने क्या समझदे मन नूं संतुष्टि है? फड़िया नहीं गया, उन्होंने आप सरेंडर किया। जहेदार ने भेजा सी, बाकी उन्होंने इस बारे कोई साडे नाल गलबात नहीं हुई भी सरेंडर करना चाहुंदे आ किथे आए जां कोई गल गलबात कीती किसी नाल दूर करना चाहते पर संगत सब कुछ जानती है। पिछले 36 दिनों से ਤੁਹਾਡਾ ਅੰਮ੍ਰਿਤਪਾਲ ਦੇ ਨਾਲ ਕੋਈ ਸੰਪਰਕ ਹੋਇਆ ਸੀ? ਕਿਹਾ ਗਿਆ ਸੀ ਕਿ ਅੰਤ ਹੈ ਹੁਣ ਸ਼ੁਰੂਆਤ ਹੈ, ਇਹ ਸ਼ੁਰੂਆਤ ਹੋਣ ਲੱਗੀ ਹੈ ਫਿਰ ਅੱਜ ਤੋਂ ਮੇਰੀ। ਹਾਂ ਸ਼ੁਰੂਆਤ ਹੀ ਆ, ਹੁਣ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਆਊਗਾ ਤੇ ਉਦਾਂ ਹੀ ਫਿਰ ਚੱਲੂਗਾ। ਉਹਨਾਂ ਨੇ ਅਪੀਲ ਵੀ ਕੀਤੀ ਹਜੇ ਵੀ ਖਾਲਸਾ ਫੇਰ ਨੂੰ ਜਿਹੜਾ ਕਿ ਉਹਦੀ ਰਮਤ ਹਾਂ ਸ਼ੁਰੂ ਕੀਤਾ ਹੈ ਉਹਦੇ ਬਾਰੇ ਕੀਤਾ। ਅਸੀਂ ਵੀ ਕਰਦੇ ਸੰਗਤ ਨੂੰ ਅਪੀਲ ਵੀ ਜਿੰਨੀ ਜਲਦੀ ਹੋ ਸਕਦਾ ਖਾਲਸਾ ਵੀਰ ਦੀ ਰਮਤਾ ਕੀਤੀ ਜਾਵੇ, ਅਸੀਂ ਵੀ ਉਹਨਾਂ ਦਾ ਸਾਥ ਦੇਵਾਂਗੇ। ਜੋ ਵੀ ਉਹ ਅਪੀਲ ਕਰਕੇ ਗਏ ਭਾਈ ਸਾਹਿਬ ਉਹਨਾਂ ਦੀ ਅਪੀਲ ਤੇ ਚੱਲਣ ਸੰਗਤਾਂ ਨੂੰ, ਮਤਲਬ ਦੇਣ ਸਾਥ ਨੂੰ। ਨਾ ਦੱਸੋ ਮਾਤੇ ਤੁਸੀਂ ਕੀ? ਮੇਰਾ ਨਾਮ ਬਲਵਿੰਦਰ ਕੌਰ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਵਾਈਫ ਜਿਹੜੇ ਕੀ ਜਾਣਾ ਚਾਹੁੰਦੇ ਸੀਗੇ ਬਾਹਰ, ਪਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ, ਕੋਈ ਕਾਰਨ ਪਤਾ ਲੱਗੇ ਕਾਰਨ ਕੀ ਦੱਸਿਆ? ਜਾਣਗੇ ਅਜੇ ਨਹੀਂ, ਉਹ ਜਾਂਦੇ ਹੁਣ ਉਹ ਮਿਲ ਕੇ ਜਾਣਗੇ, ਇਹਨਾਂ ਨੂੰ ਮੁਲਾਕਾਤ ਕਰਕੇ ਫਿਰ ਜਾਣਗੇ। ਕੁਝ ਕਾਰਨ ਦੱਸਿਆ ਪੁਲਿਸ ਨੇ ਵੀ ਕਿਉਂ ਨਹੀਂ ਜਾਣ ਦਿੱਤਾ ਗਿਆ ਉਹਨਾਂ ਨੂੰ? ਕਾਰਨ ਕੋਈ ਹੈਗਾ ਹੀ ਨਹੀਂ ਦੱਸਣਾ ਕਿ ਉਹਨਾਂ ਤੋਂ ਕੋਈ ਕਾਰਨ ਹੀ ਨਹੀਂ ਹੈਗਾ, ਤੇ ਉਦਾਂ ਹੀ ਉਹਨਾਂ ਨੂੰ ਰੋਕਣਾ ਚਾਹੁੰਦੇ ਸੀ, ਬਸ ਪਰਿਵਾਰ ਨੂੰ ਪਰੇਸ਼ਾਨ ਕਰਨਾ ਚਾਹੁੰਦੇ ਸੀ, ਹੋਰ ਕੋਈ ਕਾਰਨ। ਉਸਨੇ ਕਿਹਾ ਕਿ ਅਸੀਂ ਘੇਰਾਬੰਦੀ ਕੀਤੀ ਸੀ ਕਿ ਮਰਿਆਦਾ ਨਾ ਭੰਗ ਹੋਵੇ, ਜਿਸ ਕਰਕੇ ਅਸੀਂ ਬਾਹਰ ਇੰਤਜ਼ਾਰ ਕਰਦੇ ਰਹੇ ਕਿ ਅਸੀਂ ਗੁਰਦੁਆਰੇ ਵਰਦੀਆਂ ਪਾ ਕੇ ਜਾਈਏ। ਉਦਾਂ ਤੁਸੀਂ ਇੱਥੇ ਗੁਰਦੁਆਰੇ ਕਾਲੇ ਮਹਿਲ ਜੁੱਤੀਆਂ ਲੈ ਲੈ ਕੇ ਚੜੇ, ਉਦੋਂ ਮਰਿਆਦਾ ਨਹੀਂ ਭੰਗ ਹੋਈ? ਉਹਨਾਂ ਨੇ ਆਪ ਸਰੈਂਡਰ ਕੀਤਾ ਹੈ, ਕੁਛ ਵੀ ਹੁਣ ਕਹਿਣ, ਇਹ ਸੱਚ ਲੋਕਾਂ ਸਾਹਮਣੇ ਆ ਹੀ ਗਿਆ। ਤੁਹਾਨੂੰ ਕਿੱਥੋਂ ਪਤਾ ਲੱਗਾ ਭਾਈ ਅੰਮ੍ਰਿਤਪਾਲ ਸਿੰਘ ਨੇ ਸਰੈਂਡਰ ਕਰਤਾ ਜੀ? ਪੂਰੀ ਗੱਲ ਬਾਤ ਕਰੋ ਸਾਨੂੰ, ਸਾਹਮਣੇ ਆ ਕੇ ਫੇਸ ਕਰਨਾ ਸੀ। ਚਲੋ ਜਦੋਂ ਵਕਤ ਆ ਗਿਆ ਉਹ ਆ ਗਏ, ਚਲੋ ਹੁਣ ਅੱਗੇ ਸਿੱਖੀ ਬਾਣੇ ਵਿੱਚ ਉਹਨਾਂ ਨੇ ਸਾਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੈ। ਅਸੀਂ ਇਹਦੇ ਬਾਅਦ ਸਾਨੂੰ ਇਸ ਚੀਜ਼ ਦੀ ਚਿੰਤਾ ਸੀ, ਸਾਨੂੰ ਉਹਦੀ ਜਾਨ ਨਾਲ ਵੀ ਇਸ ਚੀਜ਼ ਦੀ ਜ਼ਿਆਦਾ ਚਿੰਤਾ ਸੀ ਕਿ ਉਹ ਕਿਤੇ ਇਹੋ ਜਿਹਾ ਭਾਣਾ ਨਾ ਵਾਪਰ ਜਾਏ ਕਿ ਉਹ ਸਿੱਖੀ ਸਰੂਪ ਸਾਨੂੰ। ਅਸੀਂ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਉਹਨੂੰ ਆਪਣਾ ਸਹੀ ਸਲਾਮਤ ਰੱਖਿਆ।
ਆਉਣ ਵਾਲੇ ਸਮੇਂ ਚ ਵੀ ਉਹ ਉਹਨਾਂ ਦੇ ਨਾਲ ਰਹਿਣਗੇ ਐਨਐਸਏ ਲਗਾਈ ਗਈ ਹੁਣ ਡਿਪਟੀ ਕਰ ਲੈ ਕੇ ਜਾਇਆ ਜਾ ਰਿਹਾ ਉਹ ਤੇ ਕੀ ਜੀ ਗੌਰ ਦੁਬਾਰਾ ਬੰਦੇ ਪਾਵਰ ਆ ਸਭ ਕੁਝ ਨੰਬਰ ਇੱਥੇ ਬੜੇ ਬੜੇ ਨਸ਼ੇ ਵਾਲੇ ਇਹ ਬੜੇ ਇਹਨਾਂ ਨੂੰ ਤੇ ਇਹਨਾਂ ਦਾ ਮੋਹ ਨਹੀਂ ਹੁੰਦਾ ਜੋ ਕੁਝ ਵਾਪਰੇ ਤੇ ਇੱਕ ਸਹੀ ਕੰਮ ਕਰ ਵਾਲੇ ਬੰਦੇ ਨੂੰ ਐਨਐਸਏ ਲਾ ਦੋ ਇੱਕ ਬਾਜੇਖਾਨੇ ਤੇ ਲਾ ਸਕਦੇ ਤੇ ਉਹ ਅਮਰਪਾਲ ਤੇ ਫੇਰ ਵੀ ਚੱਲ ਅੱਗੇ ਕੀ ਰਹੇਗਾ ਆਪ ਲੋਕ ਕਰਨ ਦੀ ਲੜਾਈ ਲੜਨਗੇ ਥਾਣੇ ਤੇ ਹਮਲਾ ਕੀਤਾ ਗਿਆ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਾਲਕੀ ਕਰਨ ਲੱਗੇ ਨਹੀਂ ਥਾਣੇ ਤੇ ਹਮਲਾ ਨਹੀਂ ਕੀਤਾ ਗਿਆ ਥਾਣੇ ਤੇ ਹਮਲਾ ਕੀਤਾ ਗਿਆ ਸੀ ਨਾ ਹੁੰਦਾ ਕੁਝ ਜਿਹਨਾਂ ਆਪਣੀ ਗਲਤੀ ਮੰਨੀ ਉਸ ਟਾਈਮ ਤੇ ਉਹ ਤਾਂ ਹੁਣ ਜੋ ਜਿਹੜੇ ਪੁਰਾਣੇ ਮੈਟਰ ਪਿੱਛੇ ਉਹ ਹੋ ਚੁੱਕਾ ਵਾ ਉਹਨੂੰ ਦੁਬਾਰਾ ਛੇੜਨ ਦੀ ਲੋੜ ਨਹੀਂ ਉਹ ਠੀਕ ਹੋਇਆ ਗਲਤ ਹੋਇਆ ਜਦੋਂ ਉਹ ਤੇ ਵਕਤ ਹੁਣ ਜਾਣਾ ਹੋਏਗਾ ਉੱਥੇ ਡਿਲੀਵਰੀ ਕਰ ਜਾਵਾਂਗੇ ਉਹ ਤੇ ਜਾਵਾਂਗੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।